ਤਾਂ ਤਿਨਕਾ ਤਿਨਕਾ ਕਰਕੇ ਦੇਖੋ ਕਿਵੇਂ ਘਰ ਜੋੜੇ ਜਾਂਦੇ ਨੇ, ਘਰ ਬਣਾਏ ਜਾਂਦੇ ਨੇ, ਪਰ ਇੱਕ ਨਿੱਕੀ ਜਿਹੀ ਗਲਤੀ ਕਰਕੇ ਹਾਦਸੇ ਹੋ ਜਾਂਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦੋ ਘਰ ਜਲਣ ਦੀਆਂ। ਇਹ ਦੋ ਘਰ ਜਿਸ ਦੇ ਵਿੱਚ ਚਾਰ ਪਰਿਵਾਰ ਰਹਿੰਦੇ ਸੀ, ਦੋ ਮੰਜ਼ਿਲਾਂ ਦੋਨੇ ਮਕਾਨ ਸੀਗੇ, ਦੋਹਾਂ ਦੇ ਵਿੱਚ ਅਚਾਨਕ ਅੱਜ ਅੱਗ ਲੱਗ ਜਾਂਦੀ ਹੈ। ਪਹਿਲਾਂ ਇੱਕ ਘਰ ਨੂੰ ਅੱਗ ਲੱਗਦੀ ਹੈ, ਫਿਰ ਦੂਜੇ ਨੂੰ, ਜਿਸ ਤੋਂ ਬਾਅਦ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਚੰਦ ਪਲਾਂ ਦੇ ਵਿੱਚ ਉਹ ਬੇਘਰ ਹੋ ਗਏ। ਨਿੱਕੀ ਜਿਹੀ ਗਲਤੀ ਕਰਕੇ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ ਹੈ। ਲਗਭਗ 1.25 ਕਰੋੜ ਦਾ ਇਹ ਨੁਕਸਾਨ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਜਿਸ ਵੇਲੇ ਇਸ ਘਰ ਦੇ ਵਿੱਚ ਅੱਗ ਲੱਗਦੀ ਹੈ, ਇੱਕ ਬਜ਼ੁਰਗ ਮਹਿਲਾ ਅਤੇ ਦੋ ਬੱਚੇ ਇਸ ਘਰ ਦੇ ਵਿੱਚ ਫਸ ਜਾਂਦੇ ਨੇ, ਜਿਨ੍ਹਾਂ ਨੂੰ ਬੜੀ ਮੁਸ਼ਕਲਾਂ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ। ਤਾਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਹਿਮਾਚਲ ਦੇ ਨਹਿਰੀ ਤਹਿਸੀਲ ਦੀਆਂ, ਜਿੱਥੇ ਜਰਲ ਪਿੰਡ ਦੇ ਅੰਦਰ ਐਤਵਾਰ ਸਵੇਰੇ ਬੇਹੱਦ ਭਿਆਨਕ ਇਹ ਹਾਦਸਾ ਹੋਇਆ। ਤੁਹਾਨੂੰ ਦੱਸ ਦਈਏ ਇਸ ਘਰ ਦੇ ਅੰਦਰ 11 ਭੇਡਾਂ ਵੀ ਸੀਗੀਆਂ ਜਿਹੜੀਆਂ ਜਿੰਦਾ ਜਲ ਗਈਆਂ, ਉਹਨਾਂ ਨੂੰ ਕੋਈ ਬਚਾ ਨਹੀਂ ਸਕਿਆ। ਪਰ ਤੁਹਾਨੂੰ ਦੱਸੀਏ ਕਿ ਇਸ ਘਰ ਦੇ ਅੰਦਰ ਇੱਕ ਬਜ਼ੁਰਗ ਮਹਿਲਾ ਅਤੇ ਦੋ ਬੱਚੇ ਵੀ ਫਸੇ ਹੋਏ ਸਨ, ਤਾਂ ਉਹਨਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ। ਤਾਂ ਬੇਹੱਦ ਭਿਆਨਕ ਇਹ ਹਾਦਸਾ ਹੈ। ਦੇਖੋ ਕਿਵੇਂ ਜਿਹੜੇ ਸ਼ਖਸ ਦੇ ਵੱਲੋਂ ਆਪਣੇ ਘਰ ਤਿਨਕਾ ਤਿਨਕਾ ਜੋੜ ਕੇ ਘਰ ਬਣਾਏ ਗਏ ਸਨ, ਉਸ ਦੀਆਂ ਅੱਖਾਂ ਸਾਹਮਣੇ ਹੀ ਇਹ ਘਰ ਜਲ ਕੇ ਰਾਖ ਹੋ ਗਏ। ਦੇਖ ਹੀ ਸਕਦੇ ਹੋ, ਲੋਕ ਆਪਣੇ ਘਰੋਂ ਦੀ ਪਾਣੀ ਲਿਆ ਕੇ, ਬਾਲਟੀ ਲਿਆ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਅੱਗ ਬੇਹੱਦ ਜ਼ਿਆਦਾ ਲੱਗੀ ਹੋਈ ਹੈ। ਅੱਗ ਜੰਗਲਾਂ 'ਚ ਵੀ ਫੈਲ ਸਕਦੀ ਸੀ। ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪਹਾੜੀ ਇਲਾਕਾ ਹੋਣ ਕਰਕੇ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਨਹੀਂ ਪਹੁੰਚ ਸਕੀ, ਤਾਂ ਇਹ ਸਾਰਾ ਨੁਕਸਾਨ ਹੋ ਗਿਆ। 1.25 ਕਰੋੜ ਯਾਨੀ ਕਿ 50 ਲੱਖ ਰੁਪਏ ਦਾ ਇਹ ਨੁਕਸਾਨ ਦੱਸਿਆ ਜਾ ਰਿਹਾ ਹੈ। ਦੇਖੋ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ, ਭਿਆਨਕ ਤਸਵੀਰਾਂ ਨੇ, ਭਾਵੁਕ ਇਸ ਲਈ ਕਰਨ ਦੇਣ ਵਾਲੀਆਂ ਤਸਵੀਰਾਂ ਨੇ, ਕਿਉਂਕਿ ਤਿਨਕਾ ਤਿਨਕਾ ਕਰਕੇ ਇੱਕ ਸ਼ਖਸ ਆਪਣਾ ਘਰ ਬਣਾਉਂਦਾ ਹੈ। ਜਿਵੇਂ ਪੰਛੀ ਬਣਾਉਂਦੇ ਨੇ, ਉਵੇਂ ਸ਼ਖਸ ਵੀ ਪੈਸੇ ਜੋੜ ਕੇ ਆਪਣਾ ਘਰ ਬਣਾਉਂਦਾ ਹੈ, ਅਤੇ ਜੇਕਰ ਅਜਿਹਾ ਹਾਦਸਾ ਹੋ ਜਾਵੇ ਤਾਂ ਜਿਉਂਦੇ ਜੀ ਉਸ ਸ਼ਖਸ ਦਾ ਮਰਨਾ ਹੋ ਜਾਂਦਾ ਹੈ।